ਸਦਤ ਹਸਨ ਮੰਟੂ ਦੀ ਕਹਾਣੀ ਹੈ ਦੁੱਦਾ ਪਹਿਲਵਾਨ ਸਲਾਹੁ ਸਕੂਲ ਪੜਦਾ ਸੀ ਤਾਂ ਸ਼ਹਿਰ ਦਾ ਹਸੀਨ ਤਰੀਨ ਮੁੰਡਾ ਮੁਤਸਵਰ ਹੁੰਦਾ ਸੀ ਉਹਨੂੰ ਲੈ ਕੇ ਵਿਲਾਸੀ ਲੋਕਾਂ ਦਰਮਿਆਨ ਬੜੀਆਂ ਖੂਨ ਖਾਰ ਲੜਾਈਆਂ ਹੋਈਆਂ ਇੱਕ ਦੋ ਤਾਂ ਇਸੇ ਸਿਲਸਲੇ 'ਚ ਮਾਰੇ ਵੀ ਗਏ ਸਲਾਹੁ ਵਾਕਈ ਹਸੀਨ ਸੀ ਉਹ ਬੜੇ ਮਾਲਦਾਰ ਘਰਾਣੇ ਦਾ ਚਸ਼ਮੂਨ ਚਿਰਾਗ ਸੀ ਇਸ ਲਈ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਪਰ ਜਿਸ ਮੈਦਾਨ 'ਚ ਖੁੱਦ ਪਿਆ ਸੀ ਉੱਥੇ ਉਹਨੂੰ ਇੱਕ ਮੁਖਾਫਿਜ਼ ਦੀ ਜ਼ਰੂਰਤ ਸੀ ਜੋ ਸਮੇਤੇ ਕੰਮ ਆ ਸਕਦਾ ਸ਼ਹਿਰ ਚੁੰਜ ਤਾ ਸੈਂਕੜੇ ਬਦਮਾਸ਼ ਤੇ ਗੁੰਡੇ ਮੌਜੂਦ ਸਨ ਜੋ ਹਸੀਨੋ ਜਮੀਲ ਸਲਾਹੁ ਦੇ ਇੱਕ ਇਸ਼ਾਰੇ ਤੇ ਕੱਟੇ ਜਾਣ ਤੇ ਮਰਨ ਲਈ ਤਿਆਰ ਸਨ ਪਰ ਦੁੱਦੇ ਪਹਿਲਵਾਨ ਚ ਵਿਲੱਖਣ ਗੱਲ ਸੀ ਉਹ ਬੜਾ ਹੀ ਮੁਫਲਿਸ ਸੀ ਬੜਾ ਬਦਮਿਜ਼ਾਜ ਤੇ ਅਖੜ ਤਬੀਅਤ ਦਾ ਸੀ ਪਰ ਬਾਵਜੂਦ ਇਹਦੇ ਉਸ ਚਜੇਆ ਬੰਕਾਪਨ ਸੀ ਕਿ ਸਲਾਹੁ ਨੇ ਉਹਨੂੰ ਦੇਖ ਦੇ ਪਸੰਦ ਕਰ ਲਿਆ ਤੇ ਉਹਨਾਂ ਦੀ ਦੋਸਤ ਹੋ ਗਈ ਸਲਾਹੁ ਨੂੰ ਦੁੱਧੇ ਪਹਿਲਵਾਨ ਦੀ ਰਫਾਕਤ ਨਾਲ ਬੜੇ ਫਾਇਦੇ ਹੋਏ। ਸ਼ਹਿਰ ਦੇ ਦੂਜੇ ਗੁੰਡੇ ਜੋ ਸਲਾਹੁ ਦੇ ਰਾਹ 'ਚ ਰੋੜੇਟ ਆਉਂਦੇ ਕਾਰਨ ਬਣ ਸਕਦੇ ਸੰਤੂ ਦੇ ਕਰਕੇ ਖਾਮੋਸ਼ ਰਹੇ। ਸਕੂਲੋਂ ਨਿਕਲ ਕੇ ਸਲਾਹੁ ਕਾਲਜ ਦਾਖਲ ਹੋਇਆ ਤਾਂ ਉਹਨੇ ਹੋਰ ਹੱਥ ਪੈਰ ਕੱਢੇ ਤੇ ਥੋੜੇ ਸਮੇਂ 'ਚ ਉਹਦੀਆਂ ਸਰਗਰਮੀਆਂ ਨਵਾਂ ਰੂਖ ਅਖਤਿਆਰ ਕਰ ਗਈਆਂ। ਇਸ ਤੋਂ ਬਾਅਦ ਖੁਦਾ ਦੀ ਕਰਨੀ ਅਜਈ ਹੋਈ ਕਿ ਸਲਾਹੁ ਦਾ ਬਾਪ ਮਰ ਗਿਆ। ਹੁਣ ਉਹ ਸਾਰੀ ਜਾਇਦਾਦ ਦੇ ਮਲਾਕ ਦਾ ਵਾਹਿਦ ਮਾਲਕ ਸੀ। ਪਹਿਲਾਂ ਤਾਂ ਉਹਨੇ ਨਕਦੀ ਤੇ ਹੱਥ ਸਾਫ਼ ਕੀਤਾ ਫਿਰ ਮਕਾਨ ਗਹਿਣੇ ਰੱਖਣੇ ਸ਼ੁਰੂ ਕੀਤੇ ਜਦੋਂ ਦੋ ਮਕਾਨ ਵਿਕ ਗਏ ਤਾਂ ਹੀਰਾ ਹੀਰਾ ਮੰਡੀ ਦੀਆਂ ਸਾਰੀਆਂ ਤਵਾਇਫਾਂ ਸਲਾਹੁ ਦੇ ਨਾਂ ਤੋਂ ਜਾਣੂ ਹੋ ਗਈਆਂ ਪਤਾ ਨਹੀਂ ਇਹਨਾਂ ਚ ਕਿੱਥੋਂ ਤੱਕ ਸੱਚਾਈ ਹੈ ਪਰ ਲੋਕ ਕਹਿੰਦੇ ਨੇ ਹੀਰਾ ਮੰਡੀ ਚ ਬੜੀਆਂ ਨਾਇਕਾਵਾਂ ਆਪਣੀਆਂ ਜਵਾਨ ਕੁੜੀਆਂ ਨੂੰ ਸਲਾਹੁ ਦੀਆਂ ਨਜ਼ਰਾਂ ਤੋਂ ਬਚਾ ਕੇ ਰੱਖਦੀਆਂ ਸਨ ਕਿ ਮੁਬਾਦਾ ਉਸਲਾਹੁ ਦੇ ਹੁਸਨ ਦੇ ਚੱਕਰ ਚ ਨਾ ਪੈ ਜਾਣ ਇਹਨਾਂ ਇhtiyati ਤਦਾਬੀਰ ਦੇ ਬਾਵਜੂਦ ਜਿਵੇਂ ਕਿ ਸੁਣਨ ਚ ਆਇਆ ਹੈ ਕਈ ਕੁਆਰੀਆਂ ਤਵਾਇਫ ਜ਼ਾਦੀਆਂ ਸਲਾਹੂ ਦੇਸ਼ਕ ਵਿੱਚ ਗ੍ਰਿਫਤਾਰ ਹੋਈਆਂ ਤੇ ਉਲਟ ਰਸਤੇ ਚੱਲ ਕੇ ਆਪਣੀ ਜ਼ਿੰਦਗੀ ਦੇ ਸੁਨਹਿਰੀ ਦਿਨ ਉਹਨੇ ਤਲਵੁਨ ਦੀ ਨਜ਼ਰ ਕਰ ਬੈਠੀਆਂ ਸਲਾਹੂ ਖੁੱਲ ਕੇ ਖੇਡ ਰਿਹਾ ਸੀ ਦੂਦੇ ਨੂੰ ਪਤਾ ਸੀ ਵੀ ਇਹ ਖੇਡ ਜ਼ਿਆਦਾ ਦੇਰ ਤੱਕ ਜਾਰੀ ਨਹੀਂ ਰਹੇਗਾ ਉਮਰ ਚ ਸਲਾਹੂ ਤੋਂ ਦੁੱਗਣਾ ਵੱਡਾ ਸੀ ਉਹਨੇ ਹੀਰਾ ਮੰਡੀ ਚ ਵੱਡੇ ਵੱਡੇ ਸੇਠਾਂ ਦੀ ਧੂੜ ਉੜਦੀ ਦੇਖੀ ਸੀ ਉਹ ਜਾਣਦਾ ਸੀ ਹੀਰਾ ਮੰਡੀ ਕਜਿਆਨਾ ਖੂਹ ਹੈ ਜਿਹਨੂੰ ਪੂਰੀ ਦੁਨੀਆ ਦੇ ਸੇਠ ਰਲ ਕੇ ਆਪਣੀ ਦੌਲਤ ਨਾਲ ਵੀ ਨਹੀਂ ਪੂਰ ਸਕਦੇ ਪਰ ਉਹ ਸਲਾਹੂ ਨੂੰ ਕੋਈ ਨਸੀਹਤ ਨਹੀਂ ਦਿੰਦਾ ਸੀ ਸ਼ਾਇਦ ਇਸ ਲਈ ਕਿ ਉਹ ਤਜਰਬੇਕਾਰ ਹੋਣ ਕਰਕੇ ਚੰਗੀ ਤਰ੍ਹਾਂ ਸਮਝਦਾ ਸੀ ਕਿ ਜੋ ਭੂਤੋ ਦੇ ਹਸੀਨੋ ਜ਼ਮੀਲ ਬਾਬੂ ਦੇ ਸਿਰ ਤੇ ਸਵਾਰ ਹੈ ਉਹਨੂੰ ਕੋਈ ਟੋਣਾ ਟੋਟਕਾ ਨਹੀਂ ਲਾ ਸਕਦਾ ਦੋਦਾ ਹਰ ਸਮੇਂ ਸਲਾਹੂ ਦੇ ਨਾਲ ਹੁੰਦਾ ਸ਼ੁਰੂ-ਸ਼ੁਰੂ 'ਚ ਜਦੋਂ ਸਲਾਹੂ ਨੇ ਹੀਰਾ ਮੰਡੀ ਦਾ ਰਾਹ ਫੜਿਆ ਤਉ ਉਹਦਾ ਖਿਆਲ ਸੀ ਕਿ ਦੁੱਦਾ ਵੀ ਐਸ਼ ਵਿੱਚ ਸ਼ਰੀਕ ਹੋਏਗਾ ਪਰ ਹੌਲੀ-ਹੌਲੀ ਉਹਨੂੰ ਪਤਾ ਲੱਗਾ ਕਿ ਦੁੱਦੇ ਨੂੰ ਇਸ ਤਰ੍ਹਾਂ ਦੀ ਐਸ਼ ਚ ਕੋਈ ਦਿਲਚਸਪੀ ਨਹੀਂ ਹੈ ਜਿਸ ਤੂ ਆਪ ਦਿਨ-ਰਾਤ ਗਰਕਦਾ ਰਹਿੰਦਾ ਦੁੱਦਾ ਗਾਣਾ ਸੁਣਦਾ ਸੀ ਸ਼ਰਾਬ ਪੀਂਦਾ ਸੀ ਤਵਾਇਫਾਂ ਨਾਲ ਫਹਿਸ਼ ਮਜ਼ਾਕ ਕਰਦਾ ਸੀ ਪਰ ਇਸ ਤੋਂ ਅੱਗੇ ਕਦੀ ਨਹੀਂ ਜਾਂਦਾ ਸੀ ਉਧਰ ਉਹਦਾ ਬਾਬੂ ਪੂਰੀ ਰਾਤ ਅੰਦਰ ਕਿਸੇ ਮਸ਼ੂਕ ਨਾਲ ਚਿੰਬੜ ਕੇ ਸੁੱਤਾ ਰਹਿੰਦਾ ਤੇ ਉਹ ਬਾਹਰ ਕਿਸੇ ਪਹਿਰੇਦਾਰ ਵਾਂਗ ਜਾਗਦਾ ਰਹਿੰਦਾ ਲੋਕ ਸਮੇਂ ਦੇ ਸੰਕੇ ਦੁੱਦੇ ਨੇ ਆਪਣਾ ਘਰ ਭਰ ਲਿਆ। ਦੌਲਤ ਦੀ ਜੋ ਲੁੱਟ ਮੱਚੀ ਹੋਈ ਹੈ ਉਸ ਵਿੱਚੋਂ ਨੇ ਆਪਣੇ ਹੱਥ ਰੰਗ ਲਈ ਹਨ। ਇਸ ਕੋਈ ਸ਼ੱਕ ਨਹੀਂ ਕਿ ਜਦੋਂ ਸਲਾਹ ਸਲਾਹੁ ਐਸ਼ ਕਰਨ ਨਿਕਲਦਾ ਸੀ ਤਾਂ ਹਜ਼ਾਰਾਂ ਦੇ ਨੋਟ ਦੁੱਦੇ ਦੀ ਹੀ ਤਹਵੀਲ 'ਚ ਹੁੰਦੇ ਸਨ। ਪਰ ਇਹ ਸਿਰਫ ਸਲਾਹੁ ਨੂੰ ਪਤਾ ਸੀ ਕਿ ਦੁੱਦੇ ਨੇ ਉਹਨਾਂ 'ਚੋਂ ਇੱਕ ਪਾਈ ਵੀ ਕਦੇ ਇੱਧਰ ਉੱਧਰ ਨਹੀਂ ਕੀਤੀ। ਦੁੱਦੇ ਨੂੰ ਸਿਰਫ ਸਲਾਹੁ 'ਚ ਦਿਲਚਸਪੀ ਸੀ। ਉਹ ਸਲਾਹੁ ਨੂੰ ਆਪਣਾ ਗੁਰੂ ਸਮਝਦਾ ਸੀ। ਤੇ ਇਹ ਗੱਲ ਲੋਕ ਵੀ ਜਾਣਦੇ ਸਨ ਕਿ ਕਿ ਉਸ ਹੱਦ ਤੱਕ ਸਲਾਹੂ ਦਾ ਗੁਲਾਮ ਹੈ ਸਲਾਹੂ ਉਹਨੂੰ ਝਿੜਕ ਲਾਂਦਾ ਸੀ ਕਈ ਵਾਰ ਸ਼ਰਾਬ ਦੇ ਨਸ਼ੇ 'ਚ ਉਹਨੂੰ ਮਾਰਕੁੱਟ ਵੀ ਲਾਂਦਾ ਸੀ ਪਰ ਦੁੱਦਾ ਮੂਵ ਕਰਦਾ ਹਸੀਨੋ ਜ਼ਮੀਲ ਸਲਾਹੂ ਉਹਦਾ ਇਸ਼ਟ ਦੇਵ ਸੀ ਤੇ ਉਹਦੇ ਹਜ਼ੂਰ 'ਚ ਕੋਈ ਗੁਸਤਾਖੀ ਨਹੀਂ ਕਰ ਸਕਦਾ ਸੀ ਇੱਕ ਦਿਨ ਇਤਫਾਕ ਨਾਲ ਦੁੱਦਾ ਬਿਮਾਰ ਸੀ ਸਲਾਹੂ ਰਾਤ ਨੂੰ ਹਸਬੋ मामੂਲ ਐਸ਼ ਕਰਨ ਲਈ ਹੀਰਾ ਮੰਡੀ ਆ ਪੜਿਆ ਉਥੇ ਕਿਸੇ ਤਵਾਇਫ ਦੇ ਕੋਠੇ ਤੇ ਗਾਣਾ ਸੁਣਦੇ ਆਉਂਦੀ ਝੜਪ ਇੱਕ ਤਮੇਸ਼ ਤਮਾਸ਼ੀ ਬੀਨ ਨਾਲ ਹੋ ਗਈ ਤੇ ਹੱਥਾ ਪਾਈ ਉਹਦੇ ਮੱਥੇ ਤੇ ਹਲਕੀਆਂ ਜੀਆਂ ਛ੍ਰੀਟਾਂ ਆ ਗਈਆਂ ਦੁੱਦੇ ਨੂੰ ਜਦੋਂ ਇਸ ਝੜਪ ਦਾ ਇਲਮ ਹੋਇਆ ਤਾਂ ਉਹਨੇ ਕੰਧ ਨਾਲ ਟੱਕਰਾ ਮਾਰ ਮਾਰ ਕੇ ਆਪਣਾ ਸਾਰਾ ਸਿਰ ਜ਼ਖਮੀ ਕਰ ਸੁਟਿਆ ਖੁਦ ਨੂੰ ਅਥਾ ਗਾਲਾਂ ਕੱਢੀਆਂ ਤੇ ਬੜਾ ਮਾੜਾ ਚੰਗਾ ਕੀਤਾ ਉਹਨੂੰ ਇੰਨਾ ਅਫਸੋਸ ਹੋਇਆ ਕਿ 10-15 ਦਿਨ ਤੱਕ ਉਹਦਾ ਸਿਰ ਸਲਾਹੂ ਅੱਗੇ ਝੁਕਿਆ ਰਿਹਾ ਇਕਲ ਫਾਜ਼ ਉਹਦੇ ਮੂੰਹੋਂ ਨਿਕਲਦਾ। ਉਹਨੂੰ ਇੰਜ ਮਹਿਸੂਸ ਹੁੰਦਾ ਸੀ ਕਿ ਉਸ ਕੋਲੋਂ ਕੋਈ ਵੱਡਾ ਗੁਨਾਹ ਸਰਜਦ ਹੋ ਗਿਆ। ਲੋਕਾਂ ਦਾ ਬਿਆਨ ਹੈ ਕਿ ਬਹੁਤ ਦਿਨਾਂ ਤੱਕ ਨਮਾਜ਼ਾਂ ਪੜ੍ਹ-ਪੜ ਕੇ ਆਪਣੇ ਦਿਲ ਦਾ ਬੋਝ ਹੌਲਾ ਕਰਦਾ ਰਿਹਾ। ਸਲਾਹੂ ਦੀ ਉਹ ਇੰਜ ਖਿਦਮਤ ਕਰਦਾ ਸੀ ਜਿਵੇਂ ਪੁਰਾਣੀ ਕਿਸੇ ਕਹਾਣੀਆਂ ਦੇ ਵਫ਼ਾਦਾਰ ਨੌਕਰ ਕਰਦੇ ਨੇ। ਉਹ ਸਲਾਹੂ ਦੇ ਬੂਟ ਪਾਲਿਸ਼ ਕਰਦਾ ਸੀ, ਉਹਦੇ ਪੈਰ ਦਬਾਉਂਦਾ ਸੀ। ਉਹਦੇ ਚਮਕੀਲੇ ਸਰੀਰ ਤੇ ਮਾਲਿਸ਼ ਕਰਦਾ ਸੀ ਉਹਦੇ ਹਰ ਆਰਾਮ ਤੇ ਉਹਦੀ ਹਰ ਅਸਾਇਸ਼ ਦਾ ਖਿਆਲ ਰੱਖਦਾ ਸੀ ਜਿਵੇਂ ਉਹਦੇ ਗਰਭ ਤੋਂ ਪੈਦਾ ਹੋਇਆ ਹੋਵੇ ਕਦੇ ਕਦੇ ਸਲਾਹੂ ਨਰਾਜ਼ ਹੋ ਜਾਂਦਾ ਇਹ ਸਮਾਂ ਦੁੱਧ ਦੇ ਪਹਿਲਵਾਨ ਲਈ ਬੜਾ ਅਜ਼ਮਾਇਸ਼ ਦਾ ਸਮਾਂ ਹੁੰਦਾ ਸੀ ਉਹ ਦੁਨੀਆ ਤੋਂ بیزار ਹੋ ਜਾਂਦਾ ਫਕੀਰਾਂ ਦੇ ਕੋਲ ਜਾ ਕੇ ਤਵੀਜ਼ ਗੰਡੇ ਲੈਂਦਾ ਖੁਦ ਨੂੰ ਤਰ੍ਹਾਂ ਤਰ੍ਹਾਂ ਦੀਆਂ ਜਿਸਮਾਨੀ ਤਕਲੀਫਾਂ ਪਹੁੰਚਾਉਂਦਾ ਆਖਰ ਜਦੋਂ ਸਲਾਹੂ ਮੌਜ ਛਾ ਕੇ ਉਹਨੂੰ ਬੁਲਾਉਣ ਬੁਲਾਉਂਦਾ ਉਹਨੂੰ ਇਹ ਲੱਗਦਾ ਜਿਵੇਂ ਉਹਨੂੰ ਦੋਵੇਂ ਜਹਾਨ ਮਿਲ ਗਏ ਹੋਣ ਦੁੱਦੇ ਨੂੰ ਆਪਣੀ ਤਾਕਤ ਤੇ ਨਾਜ਼ ਨਹੀਂ ਸੀ ਉਹਨੂੰ ਇੱਕ ਮੰਡ ਵੀ ਨਹੀਂ ਸੀ ਕਿ ਛੁਰੀ ਮਾਰਨ ਦੇ ਕਲਾਚ ਮਹਾਰ ਹੈ ਉਹਨੂੰ ਆਪਣੀ ਇਮਾਨਦਾਰੀ ਤੇ ਆਪਣੇ ਖਲੂਸ ਤੇ ਵੀ ਕੋਈ ਫਖ ਨਹੀਂ ਸੀ ਪਰ ਉਹਨੂੰ ਆਪਣੀ ਇਸ ਗੱਲ ਤੇ ਬੜਾ ਨਾਸੀ ਕਿ ਲੰਗੋਟ ਦਾ ਪੱਕਾ ਹੈ ਉਹ ਆਪਣੇ ਦੋਸਤ ਯਾਰਾਂ ਨੂੰ ਬੜੇ ਫਖਾਂ ਇਮਤਿਆਜ਼ਾਂ ਨਾਲ ਸੁਣਾਇਆ ਕਰਦਾ ਸੀ ਕਿ ਉਹਦੀ ਜਵਾਨੀ ਚ ਸੈਂਕੜੇ ਮਰਦ ਮਾਰ ਔਰਤਾਂ ਆਈਆਂ ਚਲੇਤਰਾਂ ਦੇ ਵੱਡੇ ਵੱਡੇ ਮੰਤਰ ਉਹਦੇ ਤੇ ਫੁਕੇ ਗਏ ਪਰ ਉਹ ਸ਼ਾਬਾਸ਼ ਹੈ ਉਹਦੇ ਉਸਤਾਦ ਨੂੰ ਉਹ ਲੰਗੋਟ ਦਾ ਪੱਕਾ ਰਿਆ ਇਹ ਸ਼ੇਖਾ ਨਹੀਂ ਸੀ ਉਹਨਾਂ ਲੋਕਾਂ ਨੂੰ ਜੋ ਦੁੱਧ ਦੇ ਪਹਿਲਵਾਨ ਦੇ ਲੰਗੋਟੀਏ ਸਨ ਚੰਗੀ ਤਰ੍ਹਾਂ ਪਤਾ ਸੀ ਕਿ ਉਹਦਾ ਦਮਨ ਔਰਤ ਦੇ ਸਾਰੇ ਵਿਕਾਰਾਂ ਤੋਂ ਤੇ ਐਬਾਂ ਤੋਂ پاک ਹੈ ਮਤدد ਵਾਰ ਕੋਸ਼ਿਸ਼ ਕੀਤੀ ਗਈ ਸੀ ਕਿ ਉਹ ਕੁਰਾਹੇ ਪੈ ਜਾਏ ਪਰ ਹਰ ਵਾਰ ਨਾਕਾਮੀ ਹੱਥ ਲੱਗੀ ਉਹ ਸਬੂਤੇ ਪੈਰੀ ਰਿਹਾ ਸੀ ਸਲਾਹੂ ਨੇ ਕਈ ਵਾਰ ਉਹਦਾ ਇਮਤਿਹਾਨ ਲਿਆ ਅਜਮੇਰ ਦੇ ਭੋਜ ਤੇ ਉਹਨੇ ਮੇਰਠ ਦੇ ਇੱਕ ਕਾਫਰ ਅਦਾ ਤਵਾਇਫ ਅਨਵਰੀ ਨੂੰ ਇਸ ਗੱਲ ਲਈ ਰਾਜ਼ੀ ਕਰ ਲਿਆ ਕਿ ਦੂਦੇ ਤੇ ਡੋਰੀ ਪਾਵੇ ਅਨਵਰੀ ਨੇ ਆਪਣੇ ਸਾਰੇ ਗੁਣੇ ਇਸਤੇਮਾਲ ਕਰ ਛੁੱਟੇ ਪਰ ਦੂਦੇ ਤੇ ਕੋਈ ਅਸਰ ਨਾ ਹੋਇਆ ਭੋਜ ਖਤਮ ਹੋਇਆ ਹੁਣ ਤੇ ਜਦੋਂ ਲਹਾਰ ਰਵਾਨਾ ਹੋਏ ਤਾਂ ਗੱਡੀ 'ਚ ਦੂਦੇ ਨੇ ਸਲਾਹੂ ਨੂੰ ਕਿਹਾ ਬਾਪਸ ਹੁਣ ਮੇਰਾ ਹੋਰ ਕੋਈ ਇਮਤਿਹਾਨ ਨਾ ਲਈ ਉਸ ਵਾਲੀ ਜਨਵਰੀ ਬੜੀ ਅੱਗੇ ਵਧ ਗਈ ਸੀ ਮੈਨੂੰ ਤੇਰਾ ਖਿਆਲ ਸੀ ਨਹੀਂ ਤਾਂ ਗਿੱਚੀ ਨੱਪ ਦਿੰਦਾ ਹਰਾਮਜ਼ਾਦੀ ਦੀ ਇਸ ਤੋਂ ਬਾਅਦ ਸਲਾਹੁ ਨੇ ਉਹਦਾ ਹੋਰ ਕੋਈ ਇਮਤਿਹਾਨ ਨਾ ਲਿਆ ਦੂਦੇ ਦੇ ਤਾੜਾਂ ਭਰੇ ਅਲਫਾਜ਼ ਕਾਫੀ ਸਨ ਜੋ ਉਹਨੇ ਬੜੇ سنگੀਨ ਲੱਜ ਵਿੱਚ ਅਦਾ ਕੀਤੇ ਸਨ ਸਲਾਹੁ ਐਸ਼ੋ ਇਸ਼ਤ ਵਿੱਚ ਬਦਸੂਰ ਡੁੱਬਿਆ ਸੀ ਇਸ ਲਈ ਕਿ ਅਜੇ 3-4 ਮਕਾਨ ਬਾਕੀ ਸਨ ਹੀਰਾ ਮੰਡੀ ਦੀਆਂ ਸਾਰੀਆਂ ਕਾਬਿਲ ਜ਼ਿਕਰ ਤਵਾਇਫਾਂ ਇੱਕੇ ਕਰਕੇ ਉਹਦੀ ਬੁੱਕਲ ਚ ਸਮਾ ਚੁੱਕੀਆਂ ਸਨ ਤੇ ਹੁਣ ਉਹਨੇ ਝੂਠੇ ਜਾਮਾਂ ਦਾ ਦੌਰ ਸ਼ੁਰੂ ਕਰ ਦਿੱਤਾ ਸੀ। ਉਨੀ ਦਿਨੀ ਪਤਾ ਨਹੀਂ ਕਿੱਥੋਂ ਅਚਾਨਕ ਇੱਕ ਤਵਾਇਫ ﺍﻟसास ਪੈਦਾ ਹੋ ਗਈ ਤੇ ਇੱਕਦਮ ساری ਹੀਰਾ ਮੰਡੀ ਤੇ ਛਾ ਗਈ। ਉਹਨੂੰ ਦੇਖਿਆ ਕਿਸੇ ਨੇ ਵੀ ਨਹੀਂ ਸੀ। باوجود ਦੇ ਉਹਦੇ ਹੁਸਨ ਦੇ ਚਰਚੇ ਆਮ ਸਨ ਕਿ ਹੱਥ ਲਗਾਇਆ ਮੈਲੀ ਹੁੰਦੀ ਹੈ, ਪਾਣੀ ਪੀਂਦੀ ਆ ਤਾਂ ਉਹਦੇ ਹਲਕ ਚੋਂ ਹੀਠਾਂ ਉੱਤਰਦਾ ਨਜ਼ਰ ਆਉਂਦਾ ਹੈ। ਹਿੰਦੀ ਜੀਆਂ ਅੱਖਾਂ ਨੇ ਜਿਵੇਂ ਖੁਦਾ ਨੇ ਆਪਣੇ ਹੱਥੀ ਸੁਰਮਾ ਲਗਾਇਆ ਹੈ। ਸਰੀਰ ਇਨਨਾ ਮੁਲਾਇਮਾ ਕਿ ਨਜ਼ਰਾਂ ਫਿਸਲ ਜਾਂਦੀਆਂ ਸਲਾਹੂ ਜਿੱਥੇ ਵੀ ਜਾਂਦਾ ਸੀ ਉਸ پری ਚਿਹਰੇ ਤੇ ਹੁਰਸ਼ ਸ਼ਮਾਇਲ ਮਾਸ਼ੂਕਾ ਦੇ ਹੁਸਨ ਜਮਾਲ ਦੀਆਂ ਗੱਲਾਂ ਸੁਣਦਾ ਦੁੱਦੇ ਪਹਿਲਵਾਨ ਨੇ ਫੌਰਨ ਪਤਾ ਲਗਾਇਆ ਤੇ ਆਪਣੇ ਬਾਪੂ ਨੂੰ ਦੱਸਿਆ ਕਿ ਅਲਸਾਸ ਕਸ਼ਮੀਰੋਂ ਆਈ ਹੈ ਵਾਕਈ ਖੂਬਸੂਰਤ ਹੈ ਅਦਖੜ ਉਮਰ ਦੀ ਮਾਂ ਉਹਦੇ ਨਾਲ ਰਹਿੰਦੀ ਹੈ ਜੋ ਉਸ ਤੇ ਬੜੀ ਸਖਤ ਨਜ਼ਰ ਰੱਖਦੀ ਹੈ ਇਸ ਲਈ ਕਿ ਉਹ ਲੱਖਾਂ ਦੇ ਖੁਆਬ ਦੇਖ ਰਹੀ ਹੈ ਜਦੋਂ ਅਲਸਾਸ ਦਾ ਮੁਜਰਾ ਸ਼ੁਰੂ ਹੋਇਆ ਤਾਂ ਉਹਦੇ ਕੋਠੇ ਤੇ ਸਿਰਫ ਉਹੀ ਸਾਬੇ ਸਰਵਤ ਗਏ ਜਿਨ੍ਹਾਂ ਦਾ ਲੱਖਾਂ ਦਾ ਕਾਰੋਬਾਰ ਸੀ। ਸਲਾਹੂ ਦੇ ਕੋਲ ਹੁਣ ਇੰਨੀ ਦੌਲਤ ਨਹੀਂ ਸੀ ਕਿ ਉਹ ਨਾ ਤਗੜੇ ਦੌਲਤਮੰਦ ਆਇਆਸ਼ਾਂ ਦਾ ਮੁਕਾਬਲਾ ਇੱਕ ਠੋਕੇ ਕਰ ਸਕਦਾ। ਨਹੀਂ ਤਾਂ 8-10 ਮੁਜਰਿਆਂ 'ਚ ਹੀ ਉਹਦੀ ਹਜ਼ਾਮਤ ਹੋ ਜਾਣੀ ਸੀ। ਉਹ ਇਸੇ ਖਿਆਲ ਦੇ ਮਾਤ ਹੱਤ ਖਾਮੋਸ਼ ਰਿਹਾ ਤੇ ਵਿਚ ਇੰਨੀ ਚ ਬਿਲਕਣੀਆਂ ਲੈਂਦਾ ਰਿਹਾ। ਦੁੱਦਾ ਆਪਣੇ ਬਾਊ ਦੀ ਲਾਚਾਰੀ ਦੇਖਦਾ ਤੇ ਉਹਨੂੰ ਬੜਾ ਦੁੱਖ ਹੁੰਦਾ। ਰੁਕਰਵੀ ਕੀ ਸਕਦਾ ਸੀ ਉਹਦੇ ਕੋਲ ਹੈ ਹੀ ਕੀ ਸੀ ਸਿਰਫ ਉਹਦੀ ਜਾਨ ਸੀ ਪਰ ਉਹ ਇਸ ਮਾਮਲੇ 'ਚ ਕੀ ਕੰਮ ਆ ਸਕਦੀ ਸੀ ਕਾਫੀ ਸੋਚਣ ਵਿਚਾਰਨ ਤੋਂ ਬਾਅਦ ਆਖਰ ਦੁੱਦੇ ਨੇ ਇੱਕ ਤਰਕੀਬ ਸੋਚੀ ਕਿ ਸਲਾਹੁ ਕਿਸੇ ਤਰ੍ਹਾਂ ਅਲਸਾਸ ਦੀ ਮਾਂ ਇਕਬਾਲ ਨਾਲ ਰابطਾ ਕਾਇਮ ਕਰੇ ਅਲਸਾਸ ਦੀ ਮਾਂ ਨੂੰ ਇਹ ਜ਼ਾਹਰ ਕਰੇ ਕਿ ਉਹ ਉਹਦੇ ਇਸ਼ਕ ਵਿੱਚ ਗ੍ਰਿਫਤਾਰ ਹੈ ਤੇ ਮੌਕਾ ਮਿਲਦੇ ਹੈ ਅਲਸਾਸ ਨੂੰ ਆਪਣੇ ਕਬਜ਼ੇ 'ਚ ਕਰ ਲਵੇ ਸਲਾਹੁ ਨੂੰ ਤਰਕੀਬ ਪਸੰਦ ਆਈ ਤੇ ਫੌਰਨ ਹੀ ਉਸਤੇ ਅਮਲ ਡਰਾਮਾ ਸ਼ੁਰੂ ਹੋ ਗਿਆ ਅਲਸਾਸ ਦੀ ਮਾਂ ਇਕਬਾਲ ਬੜੀ ਖੁਸ਼ ਸੀ ਕਿ ਇਸ ਟਲ ਦੀ ਉਮਰੇ ਉਹਨੂੰ ਸਲਾਹੂ ਵਰਗਾ ਸੋਹਣਾ ਚਾਹਣ ਵਾਲਾ ਮਿਲ ਗਿਆ ਤੇ ਇਹ ਸਿਲਸਿਲਾ ਬੜੇ ਦਿਨਾਂ ਤੱਕ ਜਾਰੀ ਰਿਹਾ ਇਸ ਦੌਰਾਨ ਸੈਂਕੜੇ ਵਾਰੀ ਅਲਸਾਸ ਉਹਦੇ ਸਾਹਮਣੇ ਆਈ ਕਈ ਵਾਰੀ ਉਹਦੇ ਕੋਲ ਬੈਠ ਕੇ ਅਲਸਾਸ ਨੇ ਗੱਲਾਂ ਵੀ ਕੀਤੀਆਂ ਤੇ ਉਹਦੇ ਖੁਸਨ ਤੋਂ ਕਾਫੀ ਮਤਾਸਰ ਵੀ ਹੋਈ ਅਲਸਾਸ ਨੂੰ ਹੈਰਾਨੀ ਸੀ ਕਿ ਸਲਾਹੂ ਉਹਦੀ ਮਾਂ ਵਿੱਚ ਦਿਲਚਸਪੀ ਕਿਉਂ ਲੈ ਰਿਹਾ ਹੈ ਜਦੋਂ ਕਿ ਉਹ ਆਪ ਸਲਾਹੂ ਦੀਆਂ ਨਜ਼ਰਾਂ ਦੇ ਸਾਹਮਣੇ ਮੌਜੂਦ ਹੈ ਉਰੂ ਦੀ ਇਹ ਹੈਰਾਨੀ ਜ਼ਿਆਦਾ ਦਿਨਾਂ ਤੱਕ ਬਣੀ ਨਾ ਰਹਿ ਸਕੇ। ਉਹਨੂੰ ਸਲਾਹੂ ਦੀਆਂ ਹਰਕਤਾਂ ਤੋਂ ਪਤਾ ਲੱਗ ਗਿਆ ਕਿ ਉਹ ਚਾਲ ਚੱਲ ਰਿਹਾ ਹੈ। ਇਸ ਇਨਕਸ਼ਾਵ ਤੋਂ ਉਹਨੂੰ ਖੁਸ਼ੀ ਹੋਈ ਕਿਉਂਕਿ ਅੰਦਰੂਨੀ ਤੌਰ ਤੇ ਉਹਦੇ ਅਹਿਸਾਸੇ ਜਵਾਨੀ ਨੂੰ ਬੜੀ ਠੇਸ ਪਹੁੰਚ ਰਹੀ ਸੀ। ਧੰਨਵਾਦ। ਚਲਦਾ